ਅਸਲਾਮ ਵਾਲੇਕੁਮ ਗਾਇਜ਼, ਮੈਂ ਮੁਹੰਮਦ ਨਈਮ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ। ਉਮੀਦ ਕਰਦਾ ਸਭ ਖੈਰ ਹੋਏ ਤਾਂ ਹੋਗੇ, ਅੱਲਾਹ ਪਾਕ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਆਬਾਦ ਰੱਖੇ ਔਰ ਮੈਨੂੰ ਆਪਣੀ ਦੁਆ ਯਾਦ ਰੱਖੋ। ਔਰ ਅੱਜ ਬਹੁਤ ਹੀ ਮਜ਼ੇਦਾਰ ਇੱਕ ਇੰਟਰਸਟਡ ਵੀਡੀਓ ਬਣਨ ਜਾ ਰਹੀ, ਅੱਜ ਅਸੀਂ ਇੱਕ ਜਾ ਰਹੇ ਹਾਂ ਬਹੁਤ ਹੀ ਖਾਸ ਮੌਕੇ ਵਾਸਤੇ ਸ਼ਾਪਿੰਗ ਕਰਾਂ, ਜਿਹੜੇ ਸਾਡੇ ਨਾਲ। ਅੱਜ ਅਸੀਂ ਟਰਾਲੀ ਬੈਗ ਲੈ ਚੱਲੇ ਅਤੇ ਅੱਜ ਅਸੀਂ ਭਰ ਕੇ ਲਿਆਉਣਾ। ਅੱਜ ਕੀ ਇਹਦੇ ਵਿੱਚ ਹੁੰਦਾ ਅਤੇ ਕਿੰਨਾ ਕੁਛ ਹੁੰਦਾ ਤੁਹਾਡੇ ਨਾਲ ਵੀ ਸ਼ੇਅਰ ਕਰਨੇ। ਜੀ ਮੁਕੰਮਲ ਡਲਤਾ ਸੈੱਟ ਟਾਇਰ ਸਮੇਤ, ਕਿਉਂ ਬਾਈ? ਸਾਰਾ ਖੋਲਣਾ ਪੜੇਗਾ। ਸਿਲਾਈ ਕਰਨੇ ਸੇ ਕਿਆ ਹੋਗਾ, ਮਤਲਬ ਮੁਝੇ ਦਿਖਾਨਾ ਜੀ, ਯਹਾਂ ਸੇ ਯਹਾਂ ਤੱਕ ਰੁਕ ਜਾਏਗੀ ਫਿਰ? ਹਾਂ, ਯੇ ਫਿਰ ਯੇ ਜੋ ਚੀਜ਼ ਹੈ ਯੇ ਵਾਲੀ ਹੋ ਜਾਏਗੀ। ਚਲੋ ਕਰੇ ਇਸਕੋ ਕਰੇ, ਠੀਕ ਹੈ। ਔਰ ਇਹ ਇਸਕਾ ਨਟ ਲਗਾ ਦੇ, ਯੇ ਵਾਲਾ ਬਸ। ਕਿਤਨੀ ਦੇਰ ਲੱਗੇਗੀ? ਚਲੇ ਕਰਦੇ ਫਿਰ, ਠੀਕ ਹੈ। ਬੈਗ ਦਿੱਤਾ ਦੋਨੋਂ ਵਾਸਤੇ ਅਤੇ ਹੁਣ ਜਾ ਰਹੇ ਹਾਂ ਅੱਗੇ ਅੱਲਾ ਕਰ ਕੱਪੜੇ ਦੀ ਦੁਕਾਨ 'ਤੇ। ਕੱਪੜੇ ਵਗੈਰਾ ਦੇਖਣੇ ਆ, ਲੇਡੀਜ਼ ਸੂਟ ਦੇਖਣੇ ਪਹਿਲੇ, ਅਤੇ ਉਹ ਦੇਖਣੇ ਫਿਰ ਬਾਅਦ 'ਚ ਦੂਸਰੇ ਦੇਖਣੇ। ਬਾਜ਼ਾਰ ਦੇ ਅੰਦਰ ਅਸੀਂ ਗਏ ਹਾਂ ਵੜ, ਅਤੇ ਬਾਜ਼ਾਰ ਬਜ਼ੁਰਗ ਦਾ ਸਾਨੂੰ ਨਹੀਂ ਪਤਾ ਨਾਵਾਂ ਨੂੰਵਾਂ ਦਾ, ਬਸ ਰਹੇ ਕਿ ਜਾਈਦਾ ਸ਼ਾਪਿੰਗ ਕਰੀਦੀ ਔਰ ਆ ਜਾਈਦਾ ਵਾਪਸ। ਵੇਖ ਲਓ ਵੀ, ਵੇਖ ਲਓ ਵੀ ਸਹੀ ਹੈ। ਕੋਈ ਗੱਲ ਨਹੀਂ ਜੀ, ਸਮਝ ਆਵੇ ਨਾ ਆਵੇ ਬਸ ਕੰਮ ਚ ਕੀ ਰੱਖੋ। ਸਾਹਮਣੇ ਦਿੱਤਾ ਜੀ ਆਰਡਰ ਗੰਨੇ ਦਾ ਜੂਸ ਦਾ। ਜਦੋਂ ਵੀ ਅਸੀਂ ਆਉਣਾ ਜਾਣਾ ਬਾਜ਼ਾਰ ਮਤਲਬ ਜਾਈਦਾ ਨਾ, ਅਤੇ ਇਹ ਹੋ ਨਹੀਂ ਸਕਦਾ ਕਿ ਅਸੀਂ ਗੰਨੇ ਦਾ ਜੂਸ ਪੀਤੇ ਬਗੈਰ ਚਲੇ ਜਾਈਏ। ਗੰਨੇ ਦਾ ਜੂਸ ਦਾ ਆਰਡਰ ਦਿੱਤਾ, ਆ ਜਾਂਦਾ ਸ਼ੇਅਰ ਕਰਨੇ ਕਿੰਨਾ। ਵੈਸੇ ਤਾਂ ਇਹਨਾਂ ਦਾ ਇੱਥੇ ਕਾਫੀ ਸਾਰਾ ਮਤਲਬ ਵੱਡਾ ਲੱਗਾ ਹੋਇਆ ਹੈ ਨਾ ਜੂਸ ਦਾ ਸਟਾਲ, ਜਿਵੇਂ ਆਹ ਦੇਖ ਰਹੇ ਹੋ ਤੁਸੀਂ, ਮਾਸ਼ਾਅੱਲਾ ਤੁਹਾਨੂੰ ਦਿਖਾਉਣਾ। ਮੈਂ ਦੇਖੋ ਨਾ, ਮੈਂ ਅੰਦਰ ਬੈਠਾ ਤੁਹਾਨੂੰ ਦਿਖਾ ਰਿਹਾ ਕਿ ਵੀ ਇੱਕ ਸਟਾਕ ਉੱਧਰ ਗਿਆ, ਦੂਸਰਾ ਹੈ ਸਟਾਲ, ਤੀਸਰਾ ਹੈ ਲੱਗਾ ਹੋਇਆ ਵੱਡਾ ਸਾਰਾ ਨਾ ਇਹਨਾਂ ਦਾ ਕਾਫੀ ਜ਼ਿਆਦਾ ਪਰਲੇ ਪਾਸੇ ਜੀ। ਇਹ ਦੇਖੋ ਸਾਹਮਣੇ ਗੰਨਾ ਲਿਆ ਕੇ ਨਾ ਇੱਥੇ ਰੱਖ ਕੇ ਸਟਾਕ ਕਰਕੇ, ਫਿਰ ਇਹਦੀ ਮਤਲਬ ਸਫਾਈ ਵਗੈਰਾ ਸਥਰਾਈ ਕਰਕੇ, ਅਤੇ ਫਿਰ ਇਹਨੂੰ ਲਿਆ ਕੇ, ਅਤੇ ਫਿਰ ਇੱਥੇ ਮਸ਼ੀਨ 'ਤੇ ਲਿਆ ਕੇ ਫਿਟਿੰਗ ਕਰਦੇ, ਇਹਦੀ ਰੱਖ ਕੇ ਫਿਰ ਸਜਾ ਕੇ ਜੂਸ ਬਣਾ ਬਣਾ ਕੇ ਤਿਆਰ ਕਰ ਕਰਕੇ ਦੇਈ ਜਾਂਦੇ। ਇਹ ਸਾਡਾ ਤਕਰੀਬਨ ਜੂਸ ਹੈ ਸਾਹਮਣੇ ਤਿਆਰ ਹੋ ਰਿਹਾ। ਬਾਈ ਬਾਈ ਜੂਸ ਪੀਂਦੇ ਹੋ? ਆਓ ਬਿਸਮਿਲ੍ਲਾ, ਆ ਗਿਆ ਜੀ ਹਾਜ਼ਰ, ਅਸੀਂ ਫਿਰ ਛਕਨੇ ਹਾਂ।
ਤੁਸੀਂ ਕਰੋ ਸਾਨੂੰ ਦੁਕਾਨ ਦੇ ਵਿੱਚ ਯਾਦ। ਜੀ ਵੈਲਕਮ ਬੈਕ ਗਾਇਜ਼, ਜਿਵੇਂ ਕਿ ਘਰ ਪਹੁੰਚੇ ਹਾਂ ਸ਼ਾਪਿੰਗ ਵਗੈਰਾ ਕਰਕੇ ਅਤੇ ਆ ਕੇ ਥੋੜ੍ਹਾ ਈਜ਼ੀ ਹੋਇਆ ਖਾਣਾ ਖਾਧਾ। ਖਾਣਾ ਖਾਣ ਤੋਂ ਬਾਅਦ ਹੁਣ ਮੈਂ ਕਿਹਾ ਵੀ ਜ਼ਰਾ ਤੁਹਾਨੂੰ ਮੁਕੰਮਲ ਫਾਈਨਲ ਜਿਹੜਾ ਸ਼ਾਪਿੰਗ ਵਿਖਾਈਏ ਵੀ ਕੀ ਖਰੀਦਿਆ ਅਤੇ ਜੁੜੇ ਹੋਏ ਵੀਡੀਓ ਦੇ ਨਾਲ, ਔਰ ਲਾਜ਼ਮੀ ਤੁਸੀਂ ਫਿਰ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕੈਸੀ ਲੱਗੀ। ਬੈਗ ਲੈ ਕੇ ਗਏ ਸਾਂ ਅਸੀਂ, ਅਸਲ 'ਚ ਨਾ ਬੈਗ ਥੋੜ੍ਹਾ ਜਿਹਾ ਹੋਇਆ ਸੀ ਮੁਰੰਮਤ ਕਰਾਉਣ ਵਾਲਾ, ਇਹਦੀ ਮੁਰੰਮਤ ਵਗੈਰਾ ਕਰਵਾਈ ਉਹ ਤੁਸੀਂ ਦੇਖਿਆ ਹੋਣਾ ਜਦੋਂ ਪਹਿਲੇ ਕਲਿੱਪ ਅਤੇ ਵਾਪਸੀ 'ਤੇ ਫਿਰ ਅਸੀਂ ਮੈਂ ਜਿਵੇਂ ਜਾਂਦੇ ਹਾਂ ਤੁਹਾਨੂੰ ਸ਼ੋਅਲ ਕਰ ਰਿਹਾ ਸਾਂ, ਵਾਪਸੀ 'ਤੇ ਫਿਰ ਅਸੀਂ ਇਹਦੇ ਅੰਦਰ ਮਤਲਬ ਸ਼ਾਪਿੰਗ ਵਗੈਰਾ ਆਪਣੀ ਕਰਕੇ ਇਹਨੂੰ ਭਾਰੀ ਲਿਆਂਦਾ ਅਤੇ ਤੁਹਾਡੇ ਨਾਲ ਕਰਨੇ ਸ਼ਾਪਿੰਗ ਆਪਣੀ ਸ਼ੇਅਰ। ਅੱਛਾ ਜੀ ਗਾਇਜ਼, ਇਹ ਜੈਸਾ ਕਿ ਤੁਸੀਂ ਹੁਣ ਵੇਖ ਰਹੇ ਹੋ ਕਿ ਵੀ ਇਹ ਹੈ ਕਮੀਜ਼, ਇਹ ਗਲਾ ਉੱਪਰ ਕਰੋ, ਇਹ ਹੈ ਜੀ ਸਾਡੀ ਗੌਰਮੈਂਟ ਦਾ ਕਮੀਜ਼ ਗਲਾ, ਔਰ ਇਹ ਹੈ ਜੀ ਦੁਪੱਟਾ, ਔਰ ਇਹ ਹੈ ਸਲਵਾਰ। ਅੱਛਾ ਜੀ ਇਹ ਹੈ ਜੀ ਕਮੀਜ਼ ਦਾ ਬਾਰਡਰ, ਇਹ ਹੋ ਗਿਆ ਜੀ ਇੱਕ ਸੂਟ। ਹੁਣ ਤੁਹਾਨੂੰ ਵਿਖਾਉਂਦੇ ਹਾਂ ਦੂਸਰਾ ਸੂਟ, ਇਹ ਹੈ ਜੀ ਦੂਸਰਾ ਸੂਟ, ਚੈੱਕ ਕਰੋ ਔਰ ਦੱਸਣਾ ਕਿ ਵੀ ਕੈਸਾ ਲੱਗਾ। ਇਹ ਹੈ ਜੀ ਜਿਵੇਂ ਕਿ ਨਾ ਹਲਦੀ ਕਲਰ ਹੈ ਕਮੀਜ਼ ਦਾ, ਬਿਲਕੁਲ ਪਿਓਰ ਹਲਦੀ ਕਲਰ, ਦੁਪੱਟਾ ਟਰਾਊਜ਼ਰ, ਔਰ ਇਹ ਹੈ ਜੀ ਇਹਦਾ ਨੀਚੇ ਬਾਰਡਰ ਯਾਨੀ ਕਿ ਘੇਰਾ ਜਿਹਨੂੰ ਕਹਿੰਦੇ ਆ। ਹੁਣ ਤੁਹਾਨੂੰ ਵਿਖਾਉਂਦੇ ਨੈਕਸਟ, ਇਹ ਗਾਇਜ਼ ਦੱਸਣਾ ਤੁਸੀਂ ਜਿਹੜਾ ਜਿਹੜਾ ਵੀਡੀਓ ਵੇਖੋ ਨਾ ਲਾਜ਼ਮੀ ਕਮੈਂਟਸ ਕਰਕੇ ਦੱਸਿਓ ਕਿ ਇਹ ਜਿਹੜਾ ਤੁਹਾਨੂੰ ਮੈਂ ਹੁਣ ਸੂਟ ਵਿਖਾਉਣ ਲੱਗਾ ਨਾ, ਇਹ ਖਾਸ ਤੌਰ 'ਤੇ ਮੈਂ ਪਸੰਦ ਕੀਤਾ, ਮੇਰੀ ਪਸੰਦ ਦੇ ਆ, ਔਰ ਤੁਸੀਂ ਦੱਸਣਾ ਕਿ ਵੀ ਤੁਹਾਨੂੰ ਤਿੰਨਾਂ ਸੂਟਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜਾ ਪਸੰਦ ਆਇਆ, ਤੁਹਾਨੂੰ ਕਿਹੜਾ ਅੱਛਾ ਲੱਗਾ। ਮੈਨੂੰ ਤਾਂ ਐਲ ਸਭ ਤੋਂ ਜ਼ਿਆਦਾ ਅੱਛਾ ਲੱਗਾ, ਮੇਰੀ ਪਸੰਦ ਦੇ ਉੱਤੇ ਐਲ ਹੈ। ਇਹ ਹੈ ਜੀ ਕਮੀਜ਼ ਦਾ ਬਾਰਡਰ ਦੋਨਾਂ ਸਾਈਡਾਂ ਦੇ, ਮਤਲਬ ਬੈਕ ਸਾਈਡ, ਔਰ ਇਹ ਹੈ ਫਰੰਟ ਸਾਈਡ, ਇਹ ਹੈ ਨੇ ਜੀ ਬਾਜ਼ੂ, ਔਰ ਇਹ ਹੈ ਜੀ ਟਰਾਊਜ਼ਰ, ਔਰ ਇਹ ਹੈ ਜੀ ਦੁਪੱਟਾ। ਮੈਨੂੰ ਖਾਸ ਤੌਰ 'ਤੇ ਮਤਲਬ ਇਹਦਾ ਦੁਪੱਟਾ ਬਹੁਤ ਪਸੰਦ ਆਇਆ ਕਿ ਦੇਖੋ ਕਿ ਮੁਕੰਮਲ ਇਹ ਮਤਲਬ ਇਹਦੀ ਚੌਰਸ ਹੈ, ਹਲੰਗ ਕਿਤਨਾ ਮਤਲਬ ਮਾਸ਼ਾਅੱਲਾ ਨਾਲ ਭਰਿਆ ਹੋਇਆ, ਬਰੀਕ ਦੁਪੱਟਾ ਨਹੀਂ ਹੈ। ਸਭ ਤੋਂ ਜ਼ਿਆਦਾ ਮੈਨੂੰ ਜਿਹੜੀ ਇਹਦੀ ਕਲਰ ਦੇ ਨਾਲ ਨਾਲ ਜਿਹੜੀ ਚੀਜ਼ ਅੱਛੀ ਲੱਗੀ ਹੈ ਕਿ ਇਹ ਦੇਖੋ ਕਿ ਇਹ ਇਹਦੀ ਚੌਰਸ ਹੈ, ਅਤੇ ਤੁਸੀਂ ਖੁਦ ਅੰਦਾਜ਼ਾ ਕਰੋ ਕਿ ਜਦੋਂ ਮੁਕੰਮਲ ਖੁੱਲ੍ਹੇਗਾ ਤਾਂ ਕਿਤਨਾ ਦੁਪੱਟਾ ਵੱਡਾ ਹੋ ਜਾਏਗਾ ਮਾਸ਼ਾਅੱਲਾ। ਔਰ ਤੁਸੀਂ ਦੱਸਣਾ ਕਿ ਤੁਹਾਨੂੰ ਕਿਹੜਾ ਪਸੰਦ ਆਇਆ, ਸਭ ਤੋਂ ਜ਼ਿਆਦਾ ਅੱਛਾ ਕਲਰ ਕਿਹੜਾ ਲੱਗਾ। ਇਹ ਹੈ ਜੀ ਇੱਕ ਨਵਾਂ ਟੁਚਕਲਾ, ਅੱਗੇ ਮਤਲਬ ਲਈਦੇ ਹੁੰਦੇ ਸੀ ਗਜਰੇ ਤਾਜ਼ੇ ਯਾਨੀ ਕਿ ਨਾ ਉਹਦੇ ਚੰਬੇਲੀ ਦੇ ਫੁੱਲ ਵਗੈਰਾ ਹੋਣੇ ਜਾਂ ਕੋਈ ਲੋਕ ਗੁਲਾਬ ਦੇ ਵੀ, ਇਹ ਹੁਣ ਨਵੀਆਂ ਚੀਜ਼ਾਂ ਆ ਗਈਆਂ ਫੈਂਸੀ ਚੀਜ਼ਾਂ ਨਾ, ਦੇਖੋ ਕਿ ਕੈਸਾ ਲੱਗ ਰਿਹਾ, ਦੇ ਮਿਹਦੀ ਵਾਸਤੇ ਲਏ ਨੇ ਜੀ। ਚਲੋ ਖੈਰ ਵਕਤ ਦੇ ਨਾਲ ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ। ਅੱਛਾ ਜੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਬਕਾਇਆ ਸ਼ਾਪਿੰਗ, ਇਹ ਹੈ ਜੀ ਜੁੱਤੀਆਂ, ਸ਼ੂਜ਼, ਇਹ ਦੱਸਣਾ ਕਿ ਕਿਵੇਂ ਲੱਗੇ ਤੁਹਾਨੂੰ, ਕਿਹੜਾ ਕਿਹੜਾ ਅੱਛਾ ਲੱਗਾ ਤੁਹਾਨੂੰ ਡਿਜ਼ਾਇਨ। ਇੱਕ ਆਹ ਵਾਲਾ ਜੀ, ਇੱਕ ਇਹ ਵਾਲਾ, ਹਾਏ ਗਾਈ ਤੁਸੀਂ ਦੱਸਣਾ ਕਿ ਤੁਹਾਨੂੰ ਕਿਹੜੀ ਚੀਜ਼ ਅੱਛੀ ਲੱਗੀ, ਕਿਹੜੀ ਚੀਜ਼ ਪਸੰਦ ਲੱਗੀ, ਹਰ ਬੰਦੇ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ। ਲੇਕਿਨ ਦੇਖ ਲਓ ਕਿ ਜੀ ਹਜੇ ਇਹ ਹੋਏ ਨੇ ਵੱਡੇ ਵੱਡੇ ਮੋਟੇ ਮੋਟੇ ਆਈਟਮ, ਹਜੇ ਬਰੀਕੀ ਦਾ ਸਮਾਨ ਰਹਿੰਦਾ ਸ਼ਾਪਿੰਗ ਦਾ, ਅਤੇ ਟੋਟਲੀ ਸ਼ਾਪਿੰਗ ਦੇ ਵਿੱਚ ਤੁਹਾਨੂੰ ਗਰੀਬ ਦੀ ਦਾਸ ਦੀ ਸ਼ਾਪਿੰਗ ਨਜ਼ਰ ਨਹੀਂ ਆਈ, ਸਭ ਸ਼ਾਪਿੰਗ ਜਿਹੜੀ ਗੌਰਮੈਂਟ ਦੀ ਹੈ। ਅਤੇ ਉਹ ਟਰੈਵਲ ਕੱਪੜ ਵਾਲੇ ਨੇ ਸਿਕੰਦਰ ਨਾਲ ਸਾਰ ਇੰਡੀਆ ਤੋਂ,
ਉਹ ਅਕਸਰ ਕਹਿੰਦੇ ਹੁੰਦੇ ਨੇ ਕਿ ਗੌਰਮੈਂਟ ਜਿਹੜੀ ਆ ਨਾ ਉਹ ਤਗੜੀ ਹੁੰਦੀ, ਮੈਂ ਵੀ ਕਹਿੰਦਾ ਹੁੰਦਾ ਅਤੇ ਗੌਰਮੈਂਟ ਬਾਈ ਗਰੀਬਾਂ ਦਾ ਖਿਆਲ ਹੀ ਨਹੀਂ ਕਰਦੀ, ਦੇਖੋ ਨਾ ਸਾਰੀ ਸ਼ਾਪਿੰਗ ਆਪਣੇ ਵਾਸਤੇ ਹੀ ਹੈ ਨਾ, ਸਾਡਾ ਤਾਂ ਕੋਈ ਖਿਆਲ ਨਹੀਂ ਨਾ। ਅੱਜ ਗਰੀਬਾਂ ਨੂੰ ਕੌਣ ਪੁੱਛਦਾ, ਦੇਖੋ ਸਾਰਾ ਕਾਜ ਮਜ਼ਾਕ ਲੱਗੇ ਹੋਏ ਆ। ਮੇਰੀ ਸ਼ਾਪਿੰਗ ਜਿਹੜੀ ਆ ਨਾ ਇਸ ਦਫ਼ਾ ਸਭ ਤੋਂ ਮਤਲਬ ਡਿਫਰੈਂਟ ਹੋ ਰਹੀ ਹੈ। ਇਸ ਦਫ਼ਾ ਮੇਰੀ ਸ਼ਾਪਿੰਗ ਹੋਈ ਹੈ ਫੈਸਲਾਬਾਦ ਤੋਂ, ਅਸਲ 'ਚ ਸਾਡਾ ਹੈ ਬਿਲਕੁਲ ਕਲੋਜ਼, ਮੇਰੇ ਚਾਚੂ ਦਾ ਬੇਟਾ, ਮੇਰਾ ਚਾਚੂ ਦਾ ਬੇਟਾ ਵੀ ਲੱਗਦਾ ਸਕਾ, ਖਾਲਾ ਦਾ ਬੇਟਾ ਵੀ ਨਾ, ਉਹਦੀ ਸ਼ਾਦੀ ਹੈ ਇਨਸ਼ਾਅੱਲਾ ਥੋੜ੍ਹੇ ਦਿਨਾਂ ਤੱਕ ਤੁਹਾਨੂੰ ਦੇਖਣ ਨੂੰ ਮਿਲੇਗਾ ਸਾਰਾ ਕੁਛ। ਅਤੇ ਅਸੀਂ ਜਿਹੜਾ ਨਾ ਜਿਤਨੇ ਵੀ ਅਸੀਂ ਬਿਲਕੁਲ ਕਲੋਜ਼ ਫਰੈਂਡ ਜਿਹੜਾ ਨਾ ਸੋਰੀ ਕਲੋਜ਼ ਕਜ਼ਨ, ਚਾਹੇ ਕੋਈ ਲੜਕੇ ਨੇ ਜਾਂ ਲੜਕੀਆਂ, ਤਾਂ ਸਾਡੀ ਇਸ ਦਫ਼ਾ ਕੋਸ਼ਿਸ਼ ਜਾਰੀ ਸਾਰਿਆਂ ਨੇ ਕਿ ਨਾ ਵੀ ਮੈਚਿੰਗ ਸੂਟ ਹੋਣ। ਅਤੇ ਮੇਰੀ ਟੋਟਲੀ ਸ਼ਾਪਿੰਗ ਉੱਥੋਂ ਹੀ ਹੋਈ, ਉਹਨਾਂ ਦੇ ਨਾਲ ਇਕੱਠੇ ਅਸੀਂ 5-6 ਕਜ਼ਨ ਅਸੀਂ ਟੋਟਲੀ, ਯਾਨੀ ਕਿ ਕਲੋਜ਼ ਕਜ਼ਨ ਜਿਹੜੇ ਹਨ। ਅਤੇ ਇਨਸ਼ਾਅੱਲਾ ਮੈਂ ਆਪਣੀ ਸ਼ਾਪਿੰਗ ਜਿਹੜੀ ਉੱਥੇ ਜਦੋਂ ਪਹੁੰਚਾਂਗਾ ਫਿਰ ਤੁਹਾਨੂੰ ਜਾ ਕੇ ਵਿਖਾਵਾਂਗਾ ਵੀ ਮੇਰੀ ਕੀ ਸ਼ਾਪਿੰਗ ਹੋਈ ਹੈ। ਬਾਕੀ ਮਰਦਾਂ ਦੀ ਤਾਂ ਸ਼ਾਪਿੰਗ ਤਾਂ ਨਹੀਂ ਹੁੰਦੀ, ਇਸੇ ਤਾਂ ਇਹਦੇ ਬਾਅਦ ਦੋ ਸੂਟ ਹੀ ਹੁੰਦੇ ਨੇ ਡਿਜ਼ਾਇਨ ਡਿਜ਼ਾਇਨ ਤਾਂ ਹੁੰਦੇ, ਕੋਈ ਨਹੀਂ ਫੁੱਲ ਪੱਤੀਆਂ ਤਾਂ ਫਿਰ ਔਰਤਾਂ ਦੇ ਹੀ ਹੁੰਦੇ ਨੇ ਮਾਸ਼ਾ ਅੱਲਾ। ਹਾਂਜੀ ਵੇਖੋ ਜੀ, ਚਲੋ ਅੱਜ ਕੱਲ੍ਹ ਕੀ ਬਣਦਾ, ਫਿਰ ਕੈਸੀ ਸ਼ਾਪਿੰਗ ਕੀਤੀ ਉਹਨਾਂ ਨੇ। ਅੱਜ ਤੱਕ ਮੈਂ ਬਜ਼ਾਰ ਤੋਂ ਖੁਦ ਵੀ ਨਹੀਂ ਦੇਖੀ ਨਾ ਜੋ ਕੀ ਉਹ ਲਿਆਏ ਨੇ ਕੀ ਨਹੀਂ ਲਿਆਏ, ਜਦੋਂ ਜਾਵਾਂਗੇ ਫਿਰ ਜਾ ਕੇ ਦੇਖਾਂਗੇ। ਕਿਉਂਕਿ ਜਿਹੜੀ ਸ਼ਾਪਿੰਗ ਹੈ ਨਾ ਇਸ ਦਫ਼ਾ ਕੀਤੀ ਹੈ ਮੇਰੇ ਕਜ਼ਨ ਨੇ ਉਸਮਾਨ ਭਾਈ, ਤੁਸੀਂ ਇੱਕ ਦੋ ਦਫ਼ਾ ਵੇਖਿਆ ਵੀ ਮੇਰੇ ਵਲੌਗ ਦੇ ਵਿੱਚ ਉਹਨਾਂ ਨੂੰ, ਉਹਨਾਂ ਨੇ ਮੇਰੀ ਸ਼ਾਪਿੰਗ ਕੀਤੀ ਹੈ। ਮਤਲਬ ਸਾਰਿਆਂ ਦੀ ਉਹਨਾਂ ਨੇ ਕੀਤੀ, ਜਿਤਨੇ ਵੀ ਅਸੀਂ ਭਾਈ ਸਾਂ ਕਜ਼ਨ ਸਾਰਿਆਂ ਦੀ ਸ਼ਾਪਿੰਗ ਉਹੀ ਕਰਕੇ ਲਿਆਏ ਨੇ, ਸੇਮ ਡਰੈਸ ਯਾਨੀ ਕਿ ਨਾ ਮਹਿੰਦੀ ਬਰਾਤ ਔਰ ਵਲੀਮੇ ਵਾਸਤੇ ਜਿਤਨੇ ਵੀ ਇਸ 3 ਦਿਨਾਂ ਦੇ ਫੰਕਸ਼ਨਾਂ ਵਾਸਤੇ ਸੇਮ ਡਰੈਸਿੰਗ ਜਿਹੜੀ ਉਸਮਾਨ ਭਾਈ ਨੇ ਸ਼ਾਪਿੰਗ ਕੀਤੀ ਹੈ। ਉਮੀਦ ਹੈ ਗਾਈਜ਼ ਕਿ ਤੁਹਾਨੂੰ ਅੱਜ ਦਾ ਸਾਡਾ ਇਹ ਵਲੌਗ ਅੱਛਾ ਲੱਗਾ ਹੋਵੇਗਾ, ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਆਪਣੇ ਕਮੈਂਟਸ ਲਾਇਆ ਜ਼ਰੂਰ ਦੇਣਾ, ਔਰ ਅਗਰ ਚੈਨਲ 'ਤੇ ਪਹਿਲੀ ਦਫ਼ਾ ਵੀਡੀਓ ਵੇਖ ਰਹੇ ਹੋ ਤਾਂ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰ ਦੇਣਾ, ਕਮੈਂਟਸ ਕਰ ਦੇਣਾ, ਔਰ ਚੈਨਲ 'ਤੇ ਅਗਰ ਪਹਿਲੀ ਦਫ਼ਾ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਨਾਲ ਲੱਗੇ ਘੰਟੀ ਦੇ ਨਿਸ਼ਾਨ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਸਭ ਤੋਂ ਪਹਿਲੇ ਮਿਲ ਸਕੇ। ਔਰ ਮੈਨੂੰ ਦਿਓ ਇਜਾਜ਼ਤ, ਆਪਣਾ ਰੱਖੋ ਖਿਆਲ, ਮਿਲਦੇ ਹਾਂ ਨੈਕਸਟ ਅੱਛੀ ਵੀਡੀਓ ਨਾਲ, ਤਬ ਤੱਕ ਅੱਲਾ ਹਾਫਿਜ਼।